ਮਲੇਰਕੋਟਲੇ ਦਾ ਨਾਮ ਜਦੋਂ ਵੀ ਜ਼ਿਹਨ ਦੇ ਵਿੱਚ ਆਉਂਦਾ ਤਾਂ ਸਭ ਤੋਂ ਪਹਿਲਾਂ ਨਵਾਬ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਮਾਰਿਆ ਗਿਆ ਹਾ ਦਾ ਨਾਰਾ ਯਾਦ ਆ ਜਾਂਦਾ। ਦਰਅਸਲ ਜਦੋਂ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਨ ਦਾ ਹੁਕਮ ਸੁਣਾਇਆ ਗਿਆ ਤਾਂ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਇਸ ਨੂੰ ਇਸਲਾਮ ਦੇ ਉਲਟ ਦੱਸਿਆ। ਪਰ ਬੇਰਹਿਮ ਕਚਹਿਰੀ ਦੇ ਵਿੱਚ ਉਹਨਾਂ ਦੀ ਇੱਕ ਨਾ ਚੱਲੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਪਰ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਵੱਲੋਂ ਮਾਰਿਆ ਹਾ ਦਾ ਨਾਰਾ ਇਤਿਹਾਸਿਕ ਘਟਨਾ ਦੇ ਵਜੋਂ ਉੱਕਰ ਗਿਆ ਤੇ ਸਿੱਖ ਮਨਾਂ ਦੇ ਵਿੱਚ ਮਲੇਰਕੋਟਲਾ ਸ਼ਹਿਰ ਦੇ ਲਈ ਇੱਕ ਸਤਿਕਾਰ ਹਮੇਸ਼ਾ ਦੇ ਲਈ ਬਣ ਗਿਆ ਜੋ ਸਦੀਆਂ ਤੀਕਰ ਅੱਜ ਵੀ ਕਾਇਮ ਹੈ। ਦੇਸੀ ਮਹੀਨਿਆਂ ਦਾ ਪੋਹ ਦਾ ਮਹੀਨਾ ਦਾ ਜਿਹੜਾ ਮੌਸਮ ਚੱਲ ਰਿਹਾ ਸੀ, ਪੋਹ ਦਾ ਮਹੀਨਾ ਚੱਲ ਰਿਹਾ ਜਿਹੜਾ ਕਿ ਸਿੱਖ ਇਤਿਹਾਸ ਦੇ ਵਿੱਚ ਜਿਸ ਦਾ ਬਹੁਤ ਹੀ ਵੱਡਾ ਯੋਗਦਾਨ ਆ। ਇਸ ਪੋਹ ਦੇ ਮਹੀਨੇ ਨੂੰ ਸਿੱਖ ਕਿਸੇ ਵੀ ਕੀਮਤ ਦੇ ਵਿੱਚ ਭੁਲਾਇਆ ਵੀ ਨਹੀਂ ਭੁੱਲ ਸਕਦੇ, ਕਿਉਂਕਿ ਇਹ ਸਿੱਖ ਇਤਿਹਾਸ ਜੋ ਮਾਣਮੱਤਾ ਇਤਿਹਾਸ ਆ ਉਸ ਨਾਲ ਜੁੜਿਆ ਹੋਇਆ। ਜੇਕਰ ਪੋਹ ਮਹੀਨੇ ਦੀ ਗੱਲ ਕਰੀਏ ਤਾਂ ਅੰਗਰੇਜ਼ੀ ਮਹੀਨਿਆਂ ਦੀਆਂ ਤਰੀਖਾਂ 22 ਦਸੰਬਰ ਜਦੋਂ ਵੱਡੇ ਸਾਹਿਬਜ਼ਾਦੇ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਲੜਦੇ ਹੋਏ ਸ਼ਹੀਦ ਹੋਏ ਸਨ, ਉਸ ਤੋਂ ਬਾਅਦ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦੇ ਜਿਹੜੇ ਸਰਹੰਦ ਦੀ ਨੀਂਹ ਦੇ ਵਿੱਚ ਉੱਥੋਂ ਦੇ ਨਵਾਬ ਵਜ਼ੀਰ ਖਾਨ ਨੇ ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਵਾ ਦਿੱਤਾ ਸੀ। ਇਹ ਜਿਹੜਾ ਦਿਲ ਕੰਬਾਊ ਔਰ ਬਹੁਤ ਹੀ ਇੱਕ ਦਰਦਨਾਕ ਜਿਹੜਾ ਕਿੱਸਾ ਇਤਿਹਾਸ ਦੇ ਵਿੱਚ, ਦੁਨੀਆਂ ਦੇ ਇਤਿਹਾਸ ਦੇ ਵਿੱਚ ਕਿਤੇ ਨਹੀਂ ਮਿਲਦਾ, ਉਹ ਜੇਕਰ ਧਰੋਹਰ ਬਣਿਆ ਤਾਂ ਕੇਵਲ ਤੇ ਕੇਵਲ ਸਿੱਖ ਧਰਮ ਦੀ ਧਰੋਹਰ ਬਣਿਆ। ਜਦੋਂ ਵੀ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਨੂੰ ਯਾਦ ਕੀਤਾ ਜਾਵੇਗਾ ਉੱਥੇ ਜਿੱਥੇ ਗੰਗੂ ਜਾਂ ਹੋਰ ਜਿਹੜੇ ਪਰਿਵਾਰ ਦੇ ਨਾਲ, ਪੰਥ ਦੇ ਪਰਿਵਾਰ ਦੇ ਨਾਲ ਧੋਖਾ ਕਰਨ ਵਾਲੇ ਲੋਕ ਜੁੜੇ ਸੀ ਉਹਨਾਂ ਦੀ ਗੱਲ ਹੋਵੇਗੀ ਤੇ ਉੱਥੇ ਹੀ ਗੱਲ ਜਿਹੜੀ ਇੱਕ ਮਹਾਨ ਸ਼ਖਸੀਅਤ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੇਲੇ ਹਾਂ ਦਾ ਨਾਰਾ ਮਾਰਿਆ, ਮਲੇਰਕੋਟ ਦੇ ਨਵਾਬ ਮੁਹੰਮਦ ਸ਼ੇਰ ਖਾਂ, ਉਹਨਾਂ ਦਾ ਵੀ ਜ਼ਿਕਰ ਹੋਵੇਗਾ। ਅੱਜ ਅਸੀਂ ਉਸੇ ਨਵਾਬ ਸ਼ੇਰ ਖਾਂ ਦੀ 8ਵੀਂ ਕੁੱਲ ਦੇ ਵਿੱਚੋਂ ਜੋ 8ਵੀਂ ਕੁੱਲ ਦੇ ਨੂੰਹ ਬੇਗਮ ਮੁਨੱਵਰ ਉਲ ਨਿਸਾ ਸਾਡੇ ਦਰਮਿਆਨ ਜੁੜੇ ਨੇ, ਜਿਨ੍ਹਾਂ ਨਾਲ ਅਸੀਂ ਇਸ ਉਹਨਾਂ ਦੇ ਜੋ ਪਰਿਵਾਰ ਦਾ ਜਿਹੜਾ ਇੱਕ ਬਹੁਤ ਵੱਡਾ ਜਿਹੜੀ ਦੇਣ ਆ ਸਿੱਖ ਧਰਮ ਦੇ ਲਈ, ਉਹਨਾਂ ਦੇ ਉਸ ਸੰਬੰਧ ਦੇ ਵਿੱਚ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦੁਆਰਾ ਜਦੋਂ ਰਾਏਕੋਟ ਤੋਂ ਜਦੋਂ ਹਾਂ ਦਾ ਨਾਰਾ ਮਾਰਿਆ ਸੀ ਸਰਹੰਦ ਵਿਖੇ ਨਵਾਬ ਮੁਹੰਮਦ ਸ਼ੇਰ ਖਾਨ ਨੇ, ਉਸ ਵੇਲੇ ਜਿਹੜੀ ਉਹਨਾਂ ਦੇ ਹਾਂ ਦੇ ਨਾਰੇ ਦੇ ਵਿੱਚ ਜੋ ਉਹਨਾਂ ਦੇ ਸਨਮਾਨ ਦੇ ਵਿੱਚ ਔਰ ਪੂਰੇ ਜੋ ਮਲੇਰਕੋਟਲਾ ਰਿਆਸਤ ਆ ਉਸ ਦੇ ਸਨਮਾਨ ਦੇ ਵਿੱਚ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਏਕੋਟ ਤੋਂ ਇੱਕ ਤਲਵਾਰ, ਇੱਕ ਦਸਤਾਰ, ਇੱਕ ਸ੍ਰੀ ਸਾਹਿਬ ਜਿਹੜੀ ਉਹਨਾਂ ਨੂੰ ਭੇਟ ਕਰਨ ਲਈ ਭੇਜੀ ਸੀ। ਅਸੀਂ ਪਹਿਲਾਂ ਉਹਨਾਂ ਦੇ ਦਰਸ਼ਨ ਕਰਵਾਉਂਦੇ ਹਾਂ ਕਿ ਇਹ ਉਹ ਸ੍ਰੀ ਸਾਹਿਬ ਆ ਜੋ ਨਵਾਬ ਮਲੇਰਕੋਟਲਾ ਦੇ ਨਵਾਬ ਸਾਹਿਬ ਨੂੰ ਜਿਹੜੀ ਭੇਂਟ ਕੀਤੀ ਗਈ ਸੀ। ਇਸ ਦੇ ਉੱਪਰ ਜੇਕਰ ਦੇਖਿਆ ਜਾਵੇ, ਬਖਸ਼ਿਸ਼ ਕੀਤੀ ਗਈ ਸੀ, ਜੇਕਰ ਦੇਖਿਆ ਜਾਵੇ ਤਾਂ ਇਸ ਦੇ ਉੱਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਇਹ ਉਕਰਾਇਆ ਵੀ ਹੋਇਆ ਵੀ ਕਿਸ ਪ੍ਰਕਾਰ ਇਹ ਜਿਹੜੀ ਇਹ ਬਖਸ਼ਿਸ਼ ਇੱਥੇ ਭੇਂਟ ਕੀਤੀ ਗਈ ਆ। ਔਰ ਜੇਕਰ ਇਸਦੀ ਇਸ ਤਲਵਾਰ ਦੇ ਸਨਮਾਨ ਦੇ ਨਾਲ ਨਾਲ ਇਸਦੀ ਬਨਾਵਟ ਦੀ ਗੱਲ ਕਰੀਏ ਤਾਂ ਇਸ ਵਿੱਚ ਜੋ ਬਹੁਤ ਜ਼ਿਆਦਾ ਮਨਾਕਸ਼ੀ ਜਿਹੜੇ ਕੰਮ ਕੀਤੇ ਹੋਏ ਨੇ ਇਹ ਬਹੁਤ ਹੀ ਆਪਣੇ ਆਪ ਦੇ ਵਿੱਚ ਇਤਿਹਾਸ ਆ। ਅਤੇ ਅਸੀਂ ਹੁਣ
ਅੱਜ ਅਸੀਂ ਮਲੇਰਕੋਟਲੇ ਦੇ ਵਿੱਚ ਆਏ ਹਾਂ ਅਤੇ ਜਿੱਥੇ ਅਸੀਂ ਬੇਗਮ ਮੁਨੱਵਰ ਉਲ ਨਿਸ਼ਾ ਜੀ ਨਾਲ ਗੱਲ ਕਰਨ ਜਾ ਰਹੇ ਹਾਂ। ਮਾਤਾ ਜੀ ਤੁਹਾਡਾ ਸਵਾਗਤ ਹੈ ਜੀ ਪੈਰੇਦਾਰ ਟੀਵੀ ਦੇ ਵਿੱਚ। ਹਾਂਜੀ, ਤੁਹਾਡਾ ਸਿੱਖ ਧਰਮ ਦੇ ਵਿੱਚ ਤੁਹਾਡੇ ਪੁਰਖਿਆਂ ਨੇ ਇੱਕ ਬਹੁਤ ਵੱਡਾ ਜਿਹੜਾ ਯੋਗਦਾਨ ਦਿੱਤਾ, ਛੋਟੇ ਸਾਹਿਬਜ਼ਾਦਿਆਂ ਦੀ ਜਦੋਂ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੇ ਲਈ ਹੱਕ ਨਹਾ ਦੇ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ, ਤੁਹਾਨੂੰ ਮਤਲਬ ਇਹ ਇਤਿਹਾਸ ਦੇ ਵਿੱਚ ਇੱਕ ਸਿੱਖ ਧਰਮ ਲਈ ਬਹੁਤ ਵੱਡੀ ਗੱਲ ਆ, ਵੀ ਤੁਸੀਂ ਇਸ ਗੱਲ ਦੇ ਉੱਤੇ ਕਿੰਨਾ ਕੁ ਜਿਹੜਾ ਫਖਰ ਮਹਿਸੂਸ ਕਰਦੇ ਹੋ ਅੱਜ ਵੀ? ਸ਼ੇਰ ਮੁਹੰਮਦ ਖਾਨ। ਸਾਡੇ ਮਾਤਾ ਜੀ ਦੀ ਜਿਹੜੀ ਉਮਰ ਆ ਉਹ 97 ਸਾਲ ਦੇ ਕਰੀਬ ਆ ਤੇ ਕਾਫੀ ਉਹਨਾਂ ਨੂੰ ਬੋਲਣ ਦੇ ਵਿੱਚ ਵੀ ਥੋੜੀ ਜੀ ਤਕਲੀਫ ਆ ਰਹੀ ਆ, ਥੋੜੀ ਜੀ ਮੁਸ਼ਕਲ ਆ ਰਹੀ ਆ, ਤੇ ਅਸੀਂ ਜ਼ਿਆਦਾ ਗੱਲ ਕਿਉਂਕਿ ਨਾਲ ਇਹਨਾਂ ਦੇ ਨਾਲ ਰੂਬਰੂ ਕਰਵਾਇਆ ਜਿਨ੍ਹਾਂ ਨੇ ਯੂਨੀਵਰਸਲ ਹਿਊਮਨ ਰਾਈਟਸ ਜਿਹੜੇ ਆਰਗਨਾਈਜੇਸ਼ਨ ਆ ਉਹਨਾਂ ਦੇ ਜਿਹੜੇ ਚੇਅਰਮੈਨ ਨੇ ਸਾਡੇ ਪ੍ਰਧਾਨ ਨੇ ਸਤਨਾਮ ਸਿੰਘ ਜੀ ਧਾਲੀਵਾਲ, ਉਹ ਸਾਡੇ ਨਾਲ ਜੁੜੇ ਨੇ, ਅਸੀਂ ਇਹਨਾਂ ਨਾਲ ਵੀ ਗੱਲ ਕਰਾਂਗੇ ਤੇ ਨਾਲ ਹੀ ਇਸ ਤੋਂ ਬਿਨਾਂ ਇਸ ਮਾਤਾ ਜੀ ਨੂੰ ਜੋ ਪੂਰੀ ਦੇਖਭਾਲ ਆ ਇੱਕ ਪੁੱਤਰਾਂ ਤੋਂ ਵੱਧ ਕਰਦੇ ਨੇ, ਮੁਹੰਮਦ ਮਹਿਮੂਦ ਜੀ ਜੋ ਪੁੱਤਰਾਂ ਤੋਂ ਵੱਧ ਨੇ ਉਹ ਵੀ ਸਾਡੇ ਦਰਮਿਆਨ ਇੱਥੇ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਜੁੜੇ ਨੇ, ਤੇ ਨਾਲ ਹੀ ਯੂਨੀਵਰਸਲ ਹਿਊਮਨ ਰਾਈਟਸ ਦੇ ਜਿਹੜੇ ਜੁਆਇੰਟ ਸਕੱਤਰ ਨੇ ਬੜੈਚ ਸਾਹਿਬ ਉਹ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਨਾਲ ਵੀ ਅਸੀਂ ਇਸ ਮਾਮਲੇ ਦੇ ਉੱਤੇ ਗੱਲ ਕਰਦੇ ਹਾਂ। ਤੇ ਇੱਕ ਛੋਟੀ ਜਿਹੀ ਗੱਲ ਆ ਜਿਹੜੀ ਮਾਤਾ ਜੀ ਜੇਕਰ ਹੋ ਸਕਦਾ ਉਹਦਾ ਜਵਾਬ ਦੇਣ ਤੇ ਬਾਕੀ ਗੱਲਬਾਤ ਚਲਾਵਾਂਗੇ। ਮਾਤਾ ਜੀ, ਜਿਸ ਪ੍ਰਕਾਰ ਜਿਹੜੀ ਤੁਹਾਡੀ ਇਹ ਧਰੋਹਰ ਆ ਇਸ ਨੂੰ ਤੁਸੀਂ ਕਿਸ ਤਰ੍ਹਾਂ ਰੱਖਣਾ ਦੇਖਣਾ ਚਾਹੁੰਦੇ ਹੋ? ਯਾਦਗਾਰ ਬਣਾਉਣਾ ਚਾਹਤੀ ਹੂੰ। ਹਾਂਜੀ ਹਾਂਜੀ, ਕੈਸੀ ਯਾਦਗਾਰ ਹੋ ਵੋ ਔਰ ਆਪ ਸਰਕਾਰੋਂ ਸੇ ਕਿਆ ਮੰਗ ਕਰਨਾ ਚਾਹਤੇ ਹੈ ਇਸ ਸੰਬੰਧ ਮੇਂ, ਜੋ ਸਰਕਾਰੇ ਹੈ ਉਨਸੇ ਆਪ ਕਿਆ ਚਾਹਤੇ ਹੈ ਇਸ ਸੰਬੰਧ ਮੇਂ, ਮੰਗ ਕਿਆ ਕਰਤੇ ਹੈ? ਯਾਦਗਾਰ ਬਣਾਉਣਾ ਚਾਹਤੀ ਹੂੰ, ਸਰਕਾਰ ਕੇ ਨਾਮ। ਠੀਕ ਠੀਕ ਜੀ, ਔਰ ਬਾਕੀ ਬਾਤ ਜੋ ਗੱਲਬਾਤ ਹੈ ਵੋ ਸਤਨਾਮ ਸਿੰਘ ਧਾਲੀਵਾਲ ਜੀ ਨਾਲ ਕਰਦੇ ਹਾਂ। ਸਤਨਾਮ ਸਿੰਘ ਧਾਲੀਵਾਲ ਜੀ, ਜਿਸ ਪ੍ਰਕਾਰ ਤੁਹਾਡੇ ਨਾਲ ਅਸੀਂ ਗੱਲ ਕਰਨ ਜਾ ਰਹੇ ਹਾਂ ਵੀ ਨਵਾਬ ਉਸ ਵੇਲੇ ਦੇ ਨਵਾਬ ਨੇ ਜੋ ਮਲੇਰਕੋਟ ਦੇ ਨਵਾਬ ਸੀ ਮੁਹੰਮਦ ਸ਼ੇਰ ਖਾਂ ਉਹਨਾਂ ਨੇ ਜੋ ਕੰਮ ਕੀਤਾ, ਕਿਉਂਕਿ ਉਦੋਂ ਤਾਂ ਯੂਨੀਵਰਸਲ ਦੀ ਮਨੁੱਖੀ ਅਧਿਕਾਰਾਂ ਦੀ ਕਿਤੇ ਗੱਲ ਨਹੀਂ ਹੁੰਦੀ ਸੀ, ਨਾ ਹੀ ਕੋਈ ਇਹੋ ਜਿਹੀ ਸੰਗਠਨ ਸੀ ਸੰਸਥਾ ਸੀ ਵੀ ਮਨੁੱਖੀ ਅਧਿਕਾਰਾਂ ਦੀ ਗੱਲ ਕਰੀਏ, ਪਰ ਜੇਕਰ ਦੇਖਿਆ ਜਾਵੇ ਤਾਂ ਨਵਾਬ ਸ਼ੇਰ ਮੁਹੰਮਦ ਖਾਨ ਨੇ ਇੱਕ ਤਰ੍ਹਾਂ ਦੀ ਮਨੁੱਖੀ ਅਧਿਕਾਰਾਂ ਦੇ ਵਾਸਤੇ ਉਦੋਂ ਆਵਾਜ਼ ਬੁਲੰਦ ਕੀਤੀ ਸੀ, ਤੁਸੀਂ ਇਸ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ? ਉਸ ਸਮੇਂ ਇੱਕ ਜਦੋਂ ਸਿੱਖ ਕੌਮ ਦੇ ਹੱਕ ਦੇ ਵਿੱਚ ਮਤਲਬ ਕੋਈ ਗੱਲ ਕਰਨੀ ਵੀ ਬੜੀ ਇੱਕ ਮਤਲਬ ਔਖੀ ਗੱਲ ਸੀ, ਉਦੋਂ ਮੁਸਲਿਮ ਕੌਮ ਦੇ ਵਿੱਚੋਂ ਹੀ ਜਿਹੜਾ ਸ਼ੇਰ ਮੁਹੰਮਦ ਖਾਨ ਸੀਗਾ ਜਿਹਦਾ ਜਿਹੜਾ ਭਰਾ ਆ ਗੁਰੂ ਸਾਹਿਬਾਨ ਦੇ ਹੱਥੋਂ ਚਮਕੌਰ ਸਾਹਿਬ ਲੜਾਈ ਦੇ ਵਿੱਚ ਮਾਰਿਆ ਗਿਆ ਸੀਗਾ, ਉਹਨੂੰ ਵਜ਼ੀਰ ਖਾਂ ਜਿਹੜਾ ਸਰਹੰਦ ਦਾ ਨਵਾਬ ਸੀ ਉਸਨੇ ਮਤਲਬ ਜਦੋਂ ਲਾਈ ਸੀਗੀ ਕਚਹਿਰੀ ਦੇ ਵਿੱਚ ਬੁਲਾਇਆ ਸੀਗਾ ਵੀ ਤੇਰਾ ਤੂੰ ਆਪਣੇ ਭਰਾ ਦਾ ਜਿਹੜਾ ਵਾ ਉਹ ਬਦਲਾ ਵਾ ਉਹ ਲੈ ਸਕਦਾ, ਮਤਲਬ ਇਹਨਾਂ ਛੋਟੇ ਜਿਹੜੇ ਬੱਚੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਸਵੇਂ ਪਾਤਸ਼ਾਹ ਦੇ ਬੱਚੇ ਨੇ ਸਾਡੇ ਹਿਰਾਸਤ ਦੇ ਵਿੱਚ ਆ ਤੂੰ ਇਹਨਾਂ ਨੂੰ ਮਾਰ ਕੇ ਤੂੰ ਬਦਲਾ ਲੈ ਸਕਦਾ, ਪਰ ਉਹਨੇ ਸਾਫ਼ ਇੱਕ ਸੱਚੇ ਮੁਸਲਮਾਨ ਹੋਣ ਦਾ ਕਿਰਦਾਰ ਨਿਭਾਉਂਦਿਆਂ ਕੁਰਾਨ ਸ਼ਰੀਫ ਨੂੰ ਮੰਨਣ ਦਾ ਕਿਰਦਾਰ ਨਿਭਾਉਂਦਿਆਂ ਉਹਨੇ ਹਾਂ ਦਾ ਨਾਰਾ ਮਾਰਿਆ ਸੀ ਵੀ ਛੋਟੇ ਜਿਹੜੇ ਸਾਹਿਬਜ਼ਾਦੇ ਆ ਜਿਹੜੇ ਬੱਚੇ ਆ ਉਹਨਾਂ ਦਾ ਕੋਈ ਕਸੂਰ ਨਹੀਂ ਆ, ਇਹਨਾਂ ਦੇ ਉੱਤੇ ਆਪਾਂ ਜੁਰਮ ਨਹੀਂ ਕਰ ਸਕਦੇ, ਇਹਨਾਂ ਨੂੰ ਛੱਡ ਦਿੱਤਾ ਜਾਵੇ, ਇਹਦੇ ਵਿੱਚ ਉਹਨੇ ਉਸ ਸਮੇਂ ਜਿਹੜੇ ਹਿੰਦੁਸਤਾਨ ਦਾ ਜਿਹੜਾ ਰਾਜਾ ਸੀਗਾ ਔਰੰਗਜ਼ੇਬ ਉਹਨੂੰ ਵੀ ਚਿੱਠੀ ਲਿਖੀ ਸੀ ਵੀ ਜਿਹੜਾ ਮਤਲਬ ਸਰਹੰਦ ਦਾ ਜਿਹੜਾ ਨਵਾਬ ਆ ਉਹ ਉਹਨਾਂ ਨੂੰ ਮਾਰਨਾ ਚਾਹੁੰਦਾ,
ਜਿਹੜਾ ਮਤਲਬ ਤੇ ਉਹਨੂੰ ਰੋਕਿਆ ਜਾਵੇ, ਉਹ ਜਿਹੜੀ ਚਿੱਠੀ ਆ ਉਹ ਵੀ ਇੱਥੇ ਮੌਜੂਦ ਹੈਗੀ ਆ, ਮੌਜੂਦ ਹੈਗੀ ਆ। ਉਸ ਸਮੇਂ ਭਾਵੇਂ ਜਿਹੜਾ ਸ਼ੇਰ ਮੁਹੰਮਦ ਖਾਨ ਸੀਗਾ ਉਹ ਬੱਚਿਆਂ ਨੂੰ ਬਚਾਉਣ ਦੇ ਵਿੱਚ ਕਾਮਯਾਬ ਤਾਂ ਨਹੀਂ ਹੋਇਆ, ਪਰ ਸਿੱਖ ਕੌਮ ਦੇ ਵਿੱਚ ਉਹਦਾ ਜਿਹੜਾ ਨਾਂ ਆ ਉਹ ਮਤਲਬ ਪੂਰਾ, ਜਿੱਥੇ ਸੁੱਚਾਨੰਦ ਅਤੇ ਜਿਹੜਾ ਮਤਲਬ ਗੰਗੂ ਪੰਡਿਤ ਸੀਗਾ ਉਹ ਦੂਜੇ ਪਾਸੇ ਮਤਲਬ ਗਿਣਿਆ ਜਾਂਦਾ, ਮਤਲਬ ਇਹਨਾਂ ਦੇ ਮਤਲਬ ਵਿਰੋਧ ਦੇ ਵਿੱਚ, ਉਹ ਉੱਥੇ ਜਿਹੜਾ ਮਤਲਬ ਛੋਟੇ ਸਾਹਿਬਜ਼ਾਦਿਆਂ ਨੂੰ ਬਚਾਉਣ ਦੇ ਵਿੱਚ ਜਿਹੜੀ ਕੋਸ਼ਿਸ਼ ਦੇ ਵਿੱਚ ਜਾਣਿਆ ਜਾਂਦਾ। ਭਾਵੇਂ ਮਨੁੱਖੀ ਅਧਿਕਾਰਾਂ ਦਾ ਨਾਂ ਉਸ ਸਮੇਂ ਆਪਾਂ ਨਹੀਂ ਗਿਣਦੇ ਵੀ ਨਹੀਂ ਲਿਆ ਜਾਂਦਾ, ਪਰ ਮਨੁੱਖੀ ਅਧਿਕਾਰਾਂ ਦੀ ਗੱਲ ਸੀ, ਬੱਚਿਆਂ ਦੇ ਉੱਤੇ ਮਤਲਬ ਵਾਰ ਕਰਨ ਦੀ, ਬੱਚਿਆਂ ਨੂੰ ਜਿਹੜੇ ਮਾਰਨ ਦੀ ਗੱਲ ਸੀ, ਉਹ ਜਿਹੜੀ ਆ ਉਹ ਉਹਨੇ ਮਤਲਬ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਠੀਕ ਠੀਕ। ਅੱਛਾ ਜੀ, ਇਹਦੇ ਨਾਲ ਹੀ ਜੋ ਮਨੁੱਖੀ ਅਧਿਕਾਰਾਂ ਦੀ ਗੱਲ ਜਿਵੇਂ ਸਤਨਾਮ ਸਿੰਘ ਧਾਰੀਵਾਲ ਜੀ ਨੇ ਦੱਸੀ ਆ, ਅਤੇ ਉਹ ਉਸ ਦੇ ਨਾਲ ਹੀ ਅਸੀਂ ਜੋ ਸਾਡੇ ਇਸ ਵਕਤ ਮੌਜੂਦ ਨੇ ਸਾਡੇ ਸਤਿਕਾਰਯੋਗ ਮੁਹੰਮਦ ਮਹਿਮੂਦ ਜੀ, ਉਹ ਪਰਿਵਾਰ ਦੇ ਸੰਬੰਧ ਦੇ ਵਿੱਚ ਜੋ ਇਹ ਪਰਿਵਾਰ ਆ ਪੂਰਾ ਮਲੇਰਕੋਟ ਦੀ ਰਿਆਸਤ ਦਾ ਪੂਰਾ ਪਰਿਵਾਰ ਆ, ਇਸ ਸੰਬੰਧ ਵਿੱਚ ਪੂਰੀ ਜਿਹੜੀ ਡਿਟੇਲ ਦੇ ਵਿੱਚ ਇੱਕ ਵਾਰੀ ਜਾਣਕਾਰੀ ਦੇਣਗੇ। ਹਾਂਜੀ, ਪੂਰੀ ਡਿਟੇਲ ਦੇ ਵਿੱਚ ਦੱਸੋ ਵੀ ਕਿਸ ਪ੍ਰਕਾਰ ਜਿਹੜਾ ਮੁਹੰਮਦ ਸ਼ੇਰ ਖਾਨ ਤੋਂ, ਸ਼ੇਰ ਖਾਨ ਦਾ ਔਰ ਇਤਿਹਾਸ, ਔਰ ਉਸ ਤੋਂ ਬਾਅਦ ਇੱਥੋਂ ਤੱਕ ਜੋ ਅੱਠਵੀਂ ਪੀੜ੍ਹੀ ਇਹ ਚੱਲ ਰਹੀ ਆ ਉਸ ਪੂਰਾ ਇਤਿਹਾਸ ਆ ਜਿਹੜਾ ਉਹਦੇ ਬਾਰੇ ਜਾਣਕਾਰੀ ਦੇਣਗੇ। ਇਸਦੇ ਪੂਰੇ ਇਤਿਹਾਸ ਬਾਰੇ ਤਾਂ ਇਹੀ ਹੈ ਕਿ ਸਾਨੂੰ ਫਖਰ ਹੈ ਨਵਾਬ ਸ਼ੇਰ ਮੁਹੰਮਦ ਖਾਨ 'ਤੇ ਕਿ ਉਹਨਾਂ ਨੇ ਹਾਰਾ ਨਾਰਾ ਮਾਰਿਆ, ਪੂਰੇ ਮਲੇਰਕੋਟਲੇ ਦੀ ਆਵਾਮ ਨੂੰ ਫਖਰ ਹੈ ਇਸਦੇ ਉੱਪਰ ਕਿ ਉਹਨਾਂ ਨੇ ਸਾਹਿਬਜ਼ਾਦਿਆਂ ਦੇ ਹੱਕ ਦੇ ਵਿੱਚ ਹਾਰਾ ਨਾਰਾ ਮਾਰ ਕੇ ਕੋਸ਼ਿਸ਼ ਕੀਤੀ। ਅਤੇ ਮਾਤਾ ਜੀ ਨੂੰ ਪੁੱਛਦਾ, ਮਾਤਾ ਜੀ ਤੁਹਾਡੀ ਸ਼ਾਦੀ ਜਿਹੜੀ ਆਪਣੇ ਇਤਕਾਰ ਨਵਾਬ ਸਾਹਿਬ ਨਾਲ ਜਦ ਕਦੋਂ ਹੋਈ ਸੀ ਜੀ? ਸ਼ਾਦੀ ਦੇ ਬਾਰੇ ਮੈਂ ਜਦੋਂ ਸੰਨ 47 ਮੈਂ ਹੋਈ ਸਰਕਾਰ ਸੇ ਨਵਾਬ ਇਫਤਖਾਰ ਅਲੀ ਖਾਨ ਮੇਰੀ ਸ਼ਾਦੀ 47 ਮੈਂ ਹੋਈ ਥੀ ਨਹੀਂ 48 ਮੈਂ ਹੋਈ ਥੀ ਸ਼ਾਦ ਅੱਛਾ ਜੀ 48 ਮੈਂ ਸ਼ਾਦੀ ਹੋਈ ਸੀ ਬਾਕੀ ਥੋੜਾ ਆਪ ਬਤਾ ਦੀਜੀਏ ਕਿ ਕੈਸੇ ਉਹ ਇਹਨਾਂ ਦੇ ਜੋ ਨਵਾਬ ਸਾਹਿਬ ਸੀ ਉਹਨਾਂ ਦਾ ਰਹਿਣ ਸਹਿਣ ਕਿਹੋ ਜਿਹਾ ਸੀ ਅਤੇ ਇਹਨਾਂ ਦੀ ਜ਼ਿੰਦਗੀ ਕਿਹੋ ਜਿਹੀ ਚੱਲ ਰਹੀ ਸੀ ਔਰ ਕਿਹੋ ਜਿਹੇ ਉਹਨਾਂ ਨੇ ਆਪਣੇ ਕੰਮ ਕੀਤੇ ਨੇ ਉਹਦੇ ਬਾਰੇ ਤੁਸੀਂ ਹੋਰ ਥੋੜ੍ਹੀ ਜਾਣਕਾਰੀ ਦਿਓ। ਨਵਾਬ ਸਾਹਿਬ ਨੇ ਹਰ ਮਜ਼ਹਬ ਦੇ ਨਾਲ ਪਿਆਰ ਕੀਤਾ ਅਤੇ ਉਹਨਾਂ ਨੇ ਹਰ ਜਗ੍ਹਾ ਜਾਂਦੇ ਸੀ, ਹਰ ਧਾਰਮਿਕ ਜਗ੍ਹਾ 'ਤੇ ਜਾਂਦੇ ਸੀ, ਆਪਣੀ ਹਾਜ਼ਰੀ ਲਗਾਉਂਦੇ ਸੀ ਅਤੇ ਕੋਈ ਵੀ ਭੇਦਭਾਵ ਉਹਨਾਂ ਦੇ ਵਿੱਚ ਨਹੀਂ ਸੀ ਅਤੇ ਉਹਨਾਂ ਨੇ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਗੁਜ਼ਾਰੀ ਹੈ ਅਤੇ ਬਹੁਤ ਅੱਛੇ ਅੱਛੇ ਕੰਮ ਕੀਤੇ ਨੇ ਉਹਨਾਂ ਨੇ, ਨੇਕ ਕੰਮ ਕੀਤੇ ਨੇ ਅਤੇ MLA ਰਹੇ ਅਤੇ ਦੋ ਮਰਤਬਾ ਉਹ MLA ਰਹੇ, ਇੱਕ ਵਾਰ ਪੈਪਸੂ ਦੇ ਟਾਈਮ 'ਚ ਸਨ 54 ਦੇ ਵਿੱਚ MLA ਰਹੇ, ਦੂਸਰੀ ਮਰਤਬਾ ਅਕਾਲੀ ਗੌਰਮੈਂਟ ਦੇ ਵਿੱਚ MLA ਰਹੇ, ਲੋਕਾਂ ਦੀ ਸੇਵਾ ਕੀਤੀ, ਖਿਦਮਤ ਕੀਤੀ ਉਹਨਾਂ ਨੇ MLA ਰਹੇ। ਖਾਸ ਕੰਮ ਤਾਂ ਇਹੀ ਸੀ ਕਿ ਹਰ ਮਜ਼ਹਬ ਨਾਲ ਪਿਆਰ ਕੀਤਾ ਉਹਨਾਂ ਨੇ। ਉਹ ਇਹ ਚਾਹੁੰਦੇ ਹੈਗੇ ਕਿ ਇੱਕ ਪਬਲਿਕ ਪਲੇਸ ਬਣੇ ਅਤੇ ਸ਼੍ਰੀ ਸਾਹਿਬ ਨੂੰ ਇੱਥੇ ਮਤਲਬ ਇੱਕ ਪਵਿੱਤਰ ਜਗ੍ਹਾ ਬਣਾ ਕੇ ਮਤਲਬ ਰੱਖਿਆ ਜਾਵੇ ਅਤੇ ਸੰਗਤਾਂ ਦਰਸ਼ਨ ਵਾਸਤੇ ਆਉਣ, ਜਿਹੜੇ ਕਿ ਕੁਛ ਲੋਕ ਆਉਂਦੇ ਨੇ ਅਤੇ ਉਹ ਮਾਯੂਸ ਹੋ ਕੇ ਵਾਪਸ ਚਲੇ ਜਾਂਦੇ ਨੇ ਕਿ ਉਹਨਾਂ ਨੂੰ ਦਰਸ਼ਨ ਨਹੀਂ ਹੁੰਦੇ ਇਸ ਚੀਜ਼ ਦੇ, ਕਿ ਬੜੀ ਮੁਕੱਦਸ ਚੀਜ਼ ਹੈ ਇਹ ਗੁਰੂ ਸਾਹਿਬ ਦੇ ਹੱਥਾਂ ਦੀ ਚੀਜ਼, ਕਿ ਇਹ ਇਹਨਾਂ ਦਾ ਖੁਆਬ ਹੈ, ਇਹਨਾਂ ਦਾ ਸੁਪਨਾ ਹੈ ਇਹ, ਕਿ ਚਾਹੁੰਦੇ ਨੇ ਇਹ ਇੱਕ ਖੰਡਰ ਨੁਮਾ ਬਿਲਡਿੰਗ ਦੇ ਵਿੱਚ ਕੁਛ ਇਹ ਸੁਧਾਰ ਲਿਆਂਦਾ ਜਾਵੇ ਅਤੇ ਇਸ ਦੇ ਵਿੱਚ ਕੁਛ ਗੁਰਸਿੱਖਾਂ ਨੇ ਬੇਗਮ ਸਾਹਿਬ ਦੀ ਹੈਲਪ ਕੀਤੀ ਹੈ ਕਿ ਇਹ ਰੂਮ ਇਹਨਾਂ ਵਾਸਤੇ ਤਿਆਰ ਕਰਵਾਇਆ ਅਤੇ ਦੂਸਰਾ ਸ੍ਰੀ ਸਾਹਿਬ ਵਾਸਤੇ ਤਿਆਰ ਕਰਵਾਇਆ, ਅੱਗੇ ਵੀ ਉਹ ਚਾਹੁੰਦੇ ਨੇ ਕਿ ਅਸੀਂ ਅੱਗੇ ਵੀ ਇਹਨੂੰ ਕੁਛ
ਤਿਆਰ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਸ ਦੇ ਵਿੱਚ ਕਿਸੇ ਦਾ ਮਤਲਬ ਉਹ ਨਹੀਂ ਵਜਨ ਨਹੀਂ ਬਣੇ ਉਹਨਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਸ ਦੇ ਵਿੱਚ ਇਹ ਰੂਮ ਤਿਆਰ ਕਰਵਾਇਆ। ਮੌਜੂਦਾ ਸਮੇਂ ਹੁਣ ਇਹ ਜਿਹੜੀ ਆਪਣੀ ਜ਼ਿੰਦਗੀ ਦੇ ਕੁਛ ਦਿਨ ਗੁਜ਼ਾਰ ਰਹੇ ਨੇ ਇਹਨਾਂ ਦੇ ਕੁਛ ਐਸੇ ਇਹਨਾਂ ਨਾਲ ਕੇਸ ਵਗੈਰਾ ਚੱਲ ਰਹੇ ਹੈਗੇ ਕਿ ਕੁਛ ਲੋਕਾਂ ਨੇ ਇਹਨਾਂ ਦੇ ਨਾਲ ਧੋਖੇਬਾਜ਼ੀਆਂ ਕੀਤੀਆਂ ਜਿਸ ਤਰ੍ਹਾਂ ਕਿ ਇੱਥੋਂ ਜ਼ਮੀਨਾਂ ਦੀ ਇਹਨਾਂ ਨੇ ਸੇਲ ਕੀਤੀ ਅਤੇ ਬੰਦੇ ਨੇ ਇਹਨਾਂ ਦੀ ਪੇਮੈਂਟ ਤੱਕ ਨਹੀਂ ਦਿੱਤੀ। ਅਸੀਂ ਉਹ ਅੱਗੇ ਚਿੱਠੀਆਂ ਕੱਢ ਚੁੱਕੇ ਹੈਗੇ ਅਤੇ ਉਹਨਾਂ 'ਤੇ ਕੋਈ ਹਜੇ ਤੱਕ ਕੋਈ ਦੇਖਭਾਲ ਨਹੀਂ ਹੋ ਰਹੀ ਅਤੇ ਆਪਣੀ ਜ਼ਿੰਦਗੀ ਦੇ ਇਹ ਬੜੀ ਖਸਤਾ ਦਿਨ ਗੁਜ਼ਾਰ ਰਹੇ। ਇਹ ਲਾਸਟ ਟਾਈਮ ਤਾਂ ਇਹ ਅਕਾਲੀ ਪਾਰਟੀ ਦੇ ਨਾਲ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਐਮ ਐਲ ਏ ਰਹਿ ਚੁੱਕੇ ਨੇ ਇਹ ਕੋਈ 69 ਦੇ ਵਿੱਚ ਉਸ ਤੋਂ 54 ਦੇ ਵਿੱਚ ਪੈਪਸੂ ਦੇ ਟਾਈਮ ਦੇ ਵਿੱਚ ਆਜ਼ਾਦ ਉਮੀਦਵਾਰ ਐਮ ਐਲ ਏ। ਨਾ ਜੀ ਹਜੇ ਨਾ ਇਹਨਾਂ ਨੇ ਕਿਸੇ ਨੇ ਦੱਸਿਆ ਨਾ ਇਹਨਾਂ ਦੀ ਕਿਸੇ ਨੇ ਸਾਰ ਲੱਤੀ ਆ ਕੇ ਅਤੇ ਇਸੇ ਤਰ੍ਹਾਂ ਹੀ ਜਦੋਂ ਜਹਿਦ ਕਰਦੇ ਹੋਏ ਨਵਾਬ ਸਾਹਿਬ ਦੀ ਡੈਥ 82 ਦੇ ਵਿੱਚ ਹੋ ਗਈ ਸੀ 82 ਤੋਂ ਬਾਅਦ ਹੀ ਇਹਨਾਂ ਦਾ ਮਤਲਬ ਟਾਈਮ ਬਹੁਤ ਹੀ ਖਸਤਾ ਚੱਲਦਾ ਚੱਲਦਾ ਇੱਥੇ ਤੱਕ ਪਹੁੰਚਿਆ ਕਿ ਬੜੀ ਜਦੋਂ ਜਹਿਦ ਦੇ ਨਾਲ ਆਪਣੀ ਜ਼ਿੰਦਗੀ ਦੇ ਦਿਨ ਇਹ ਗੁਜ਼ਾਰ। ਉਹ ਪੈਨਸ਼ਨ ਹੁਣ ਇਹਨਾਂ ਨੇ ਚਾਲੂ ਕੀਤੀ ਹੈ। ਹਾਂ ਪੈਨਸ਼ਨ ਇਹਨਾਂ ਨੇ ਲੱਤੀ ਵੀ ਨਹੀਂ ਸੀ ਮਤਲਬ ਉਸ ਤੋਂ ਬਾਅਦ ਹੁਣ ਮਤਲਬ ਅਪਲਾਈ ਕੀਤੀ ਅਤੇ ਗੌਰਮੈਂਟ ਨੇ ਇਹਨੂੰ ਇਹਨਾਂ ਨੂੰ ਪੈਨਸ਼ਨ ਮਤਲਬ ਜੋ ਨਵਾਬ ਸਾਹਿਬ ਦੀ ਪੈਨਸ਼ਨ ਬਣਦੀ ਸੀ ਅਤੇ ਉਹਨਾਂ ਬੇਗਮ ਸਾਹਿਬ ਨੂੰ ਦੇ ਇਹ ਜਗ੍ਹਾ ਨੂੰ ਚਾਹੁੰਦੇ ਨੇ ਕਿ ਇਹ ਜਿਸ ਤਰ੍ਹਾਂ ਕਿ ਪਹਿਲਾਂ ਹੀ ਜੱਗ ਮੰਗਾਉਂਦੀ ਉਸ ਟਾਈਮ ਦੀ ਇਹ ਮਤਲਬ ਪੈਲਸ ਸੀ ਮਤਲਬ ਉਹ ਉਸ ਤਰ੍ਹਾਂ ਚਾਹੁੰਦੇ ਨੇ ਕਿ ਇਹ ਇੱਕ ਯਾਦਗਾਰ ਬਣੇ ਯਾਦਗਾਰ ਬਣ ਕੇ ਮਤਲਬ ਆ ਕੇ ਲੋਕ ਦਰਸ਼ਨ ਕਰਨ ਸ੍ਰੀ ਸਾਹਿਬ ਦੇ ਹੋਰ ਮਤਲਬ ਇਸ ਤਰ੍ਹਾਂ ਕਿ ਇੱਕ ਪਬਲਿਕ ਪਲੇਸ ਬਣਾਉਣਾ ਚਾਹੁੰਦੇ ਨੇ। ਸਾਨੇ ਕੋਸ਼ਿਸ਼ਾਂ ਕੀਤੀਆਂ ਕੁਛ ਬੰਦਿਆਂ ਨੂੰ ਮਿਲਾ ਕੇ ਹਜੇ ਤੱਕ ਕੋਈ ਬੰਦੇ ਨੇ ਕੋਈ ਬਾਂਹ ਨਹੀਂ ਫੜੀ ਸਾਡੀ ਨਾ ਹੀ ਸਿਰਫ ਆ ਕੁਛ ਗੁਰਸਿੱਖਾਂ ਨੇ ਜਿਹੜਾ ਕੰਮ ਕੀਤਾ ਉਹਨਾਂ ਦੀ ਅਸੀਂ ਤਾਰੀਫ ਕਰਦੇ ਹਾਂ। ਮੈਂ ਬਹੁਤ ਦਿਲੀ ਧੰਨਵਾਦ ਕਰਦਾ ਉਹਨਾਂ ਦਾ ਕਿ ਉਹਨਾਂ ਨੇ ਇਹ ਸ਼ੁਰੂਆਤ ਕੀਤੀ ਹੈ ਔਰ ਸ਼ੁਰੂਆਤ ਵੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਇਹ ਰੂਮ ਬਿਲਕੁਲ ਇੱਕ ਖੰਡਰ ਨੁਮਾ ਥਾ ਅਤੇ ਇਹਨੂੰ ਅਸਲੀ ਹਾਲਤ 'ਚ ਲਿਆਉਣ ਤੋਂ ਬਹੁਤ ਉਹਨਾਂ ਨੇ ਉਹ ਕੀਤਾ ਅਤੇ ਦੂਸਰੇ ਸ੍ਰੀ ਸਾਹਿਬ ਦਾ ਵੀ ਕਰਵਾ ਰਹੇ ਨੇ ਕੁਛ ਹਿੱਸੇ ਨੂੰ ਪੇਂਟ ਵੀ ਕਰਵਾਇਆ ਉਹਨਾਂ ਨੇ। ਕੁਛ ਛੱਤਾਂ ਇਸ ਮਹਿਲ ਦੀਆਂ ਗਿਰ ਚੁੱਕੀਆਂ ਨੇ ਅਤੇ ਕੁਛ ਖਸਤਾ ਹਾਲਤ ਦੇ ਵਿੱਚ ਇਹਨਾਂ ਕਾਫੀ ਮਤਲਬ ਡੈਮੇਜ ਹੋ ਚੁੱਕੀ ਹੈ ਇਹ ਵੇਲੀ ਮਤਲਬ ਰਿਪੇਅਰੇਬਲ ਹੈ। ਅੱਜ ਦੀ ਅਗਰ ਕੁਛ ਟਾਈਮ ਦੇ ਵਿੱਚ ਇਹਦੀ ਰਿਪੇਅਰ ਹੋ ਗਈ ਤਾਂ ਇਹ ਅਸਲੀ ਹਾਲਤ ਦੇ ਵਿੱਚ ਆ ਜਾਏਗੀ ਅਤੇ ਕੱਲ੍ਹ ਨੂੰ ਆਉਣ ਵਾਲਾ ਸਮਾਂ ਅਗਰ ਇਹ ਢੇਰੀ ਹੋ ਜਾਂਦੀ ਹੈ ਤਾਂ ਦੁਬਾਰਾ ਇਹ ਬਿਲਡਿੰਗ ਨਹੀਂ ਬਣਨੀ। ਇਸ ਤਰ੍ਹਾਂ ਹੈ ਕਿ ਸਾਨੂੰ ਅੱਜ ਤੋਂ 2 ਸਾਲ ਪਹਿਲਾਂ ਜਦੋਂ ਪਤਾ ਲੱਗਾ ਸਤਨਾਮ ਸਿੰਘ ਧਾਲੀਵਾਲ ਜੀ ਦੇ ਨਾਲ ਮੈਂ ਆਇਆ ਸੀ ਇੱਥੇ ਇੱਕ ਸਮਾਗਮ ਕਰਾਇਆ ਗਿਆ ਸੀ ਸਾਡੀ ਸੰਸਥਾ ਦੇ ਸਹਿਯੋਗ ਦੇ ਨਾਲ ਜਿਹਦੇ ਵਿੱਚ ਅਸੀਂ ਸ੍ਰੀ ਸਾਹਿਬ ਨੇ ਕੀ ਰੱਖੀ ਸੀ ਗੁਰੂ ਮਹਾਰਾਜ ਵੱਲੋਂ ਭੇਟ ਕੀਤੀ ਹੋਈ ਅਤੇ ਉਹਦੇ ਦਰਸ਼ਨਾਂ ਵਾਸਤੇ ਰੱਖੀ ਸੀਗੀ ਅਤੇ ਉਸ ਤੋਂ ਬਾਅਦ ਅਸੀਂ ਇਸ ਪਰਿਵਾਰ ਨਾਲ ਜੁੜੇ। ਅਸੀਂ ਆਪਣੇ ਲੋਕ ਕਾਫੀ ਹੱਦ ਤੱਕ ਜਿਸ ਤਰ੍ਹਾਂ ਹੋ ਸਕੇ ਕਿ ਜਿੰਨਾ ਹੋ ਸਕੇ ਕਿ ਅਸੀਂ ਸਹਿਯੋਗ ਕਰ ਰਹੇ ਹਾਂ ਪਰ ਜਿੱਥੋਂ ਤੱਕ ਸਰਕਾਰਾਂ ਨੇ ਇਹਨਾਂ ਨੂੰ ਬਿਲਕੁਲ ਹੀ ਵਾਂਝਾ ਰੱਖਿਆ ਹੈ ਇਹਨਾਂ ਕੋਈ ਉਕ ਸੁੱਕ ਨਹੀਂ ਲਿੱਤੀ ਜਾ ਰਹੀ ਇਹਨਾਂ ਮੌਜੂਦਾ ਸਰਕਾਰਾਂ ਜਾਂ ਜਿਹੜੀ ਸਰਕਾਰਾਂ ਚੱਲ ਚੁੱਕੀਆਂ ਉਹਨਾਂ 'ਤੇ ਬੜੀ ਮਾੜੀ ਗੱਲ ਹੈ। ਅੱਛਾ ਜੀ ਇੱਕ ਮਾਤਾ ਜੀ ਨਾਲ ਗੱਲ ਕਰਦੇ ਹਾਂ। ਮਾਤਾ ਜੀ ਇੱਕ ਚੀਜ਼ ਦੱਸਿਓ ਤੁਸੀਂ ਜਿਵੇਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਜੋ ਮੁੱਖ ਮੰਤਰੀ ਨੇ
ਕੈਪਟਨ ਸਾਹਿਬ ਕੇ ਬਾਰੇ ਮੈਂ ਕੈਪਟਨ ਅਮਰਿੰਦਰ ਸਿੰਘ ਜੋ ਪੰਜਾਬ ਕੇ ਮੁਖਿਆ ਮੰਤਰੀ ਨੇ ਮੈਂ ਉਨਕੀ ਜੋ ਮਾਤਾ ਹੈ ਉਹ ਆਪਕੀ ਰਿਸ਼ਤੇ ਮੇਂ ਕੁਛ ਲਗਤੀ ਥੀ ਜਾਂ ਆਪਕੇ ਕੋਈ ਉਸਕੇ ਸਾਥ ਸੰਬੰਧ ਥੇ ਮੇਰੀ ਬਹਿਨ ਬਣੀ ਹੋਈ ਥੀ ਅੱਛਾ ਜੀ ਔਰ ਬਹੁਤ ਪਿਆਰ ਕਰਦੀ ਥੀ ਮੁਝਸੇ ਅੱਛਾ ਜੀ ਔਰ ਬੜੀ ਅੱਛੀ ਥੀ ਉਹ ਉਹਨੇ ਵੀ ਕਿਹਾ ਥਾ ਕਿ ਆਪ ਵੀ ਗੁਰੂ ਸਾਹਿਬ ਕੀ ਤਲਵਾਰ ਕਿਸੀ ਕੋ ਮਤ ਦੇਣਾ ਔਰ ਮੇਰੇ ਪਾਸ ਉਹ ਬਹੁਤ ਸਮਝਾਇਆ ਥਾ ਕਿ ਇਹ ਚੀਜ਼ ਦੇਣੀ ਕੀ ਨਹੀਂ ਹੈ ਔਰ ਉਨਕੇ ਸਾਥ ਕੋਈ ਔਰ ਯਾਦਗਾਰ ਕੋਈ ਬਣੀ ਹੋਗੀ ਆਪਕੇ ਸਾਥ ਉਨਕੇ ਸਾਥ ਆਪ ਰਹਿਤੇ ਥੇ ਜਬ ਕੋਈ ਔਰ ਬਾਤਚੀਤ ਕੋਈ ਐਸੀ ਸ਼ੇਅਰ ਕੀ ਹੋਗੀ ਆਪਨੇ ਵੀ ਜੈਸੇ ਇਸਕੋ ਯਾਦਗਾਰ ਅੱਛਾ ਬਨਾਨਾ ਹੈ ਜਹਾਂ ਪੇ ਪਹਿਲੇ ਜੈਸੇ ਇਸਕੀ ਦੇਖ ਲਾਨੀ ਹੈ ਹਾਂ ਉਹ ਤਾਂ ਬਹੁਤ ਮੁਝੇ ਹਰ ਕੁਝ ਨਸੀਹਤ ਕਰਤੀ ਥੀ ਬਤਾਤੀ ਥੀ ਅੱਛਾ ਕਰਨੀ ਥੀ ਕਿ ਨਵਾਬ ਸਾਹਿਬ ਕਈ ਨਾਮ ਯਾਦਗਾਰ ਰਹੇ ਔਰ ਯੇ ਹੈ ਵੋ ਹੈ ਬਹੁਤ ਅੱਛੀ ਥੀ ਆਪਨੇ ਕਭੀ ਕੈਪਟਨ ਅਮਰਿੰਦਰ ਸਿੰਘ ਜੋ ਮੁੱਖ ਮੰਤਰੀ ਪੰਜਾਬ ਕੇ ਹੈ ਉਸਕੇ ਸਾਥ ਕਭੀ ਮੁਲਾਕਾਤ ਕਰਨੇ ਕੀ ਕੋਸ਼ਿਸ਼ ਕੀ ਇਸ ਸੰਬੰਧ ਮੇਂ ਨਹੀਂ ਉਹਨੇ ਫੁਰਸਤ ਨਹੀਂ ਹੋਤੀ ਕਭੀ ਵੀ ਅੱਛਾ ਜੀ ਆਪਨੇ ਕੋਈ ਸੰਦੇਹਾ ਵੀ ਉਨਕੋ ਭੇਜਾ ਇਸ ਸੰਬੰਧ ਮੇਂ ਕੋਈ ਸੁਨੇਹਾ ਹੈ ਸੁਨੇਹਾ ਪੰਜਾਬ ਕੇ ਮੁੱਖ ਮੰਤਰੀ ਕੋ ਭੇਜਾ ਕਭੀ ਮਿਲਨੇ ਕੇ ਲਈ ਵੀ ਹਮ ਇਸ ਰਿਆਸਤ ਹਾਂ ਕਈ ਦਫਾ ਭੇਜਾ ਮਗਰ ਉਹ ਮਸਰੂਫ ਹੋਤੇ ਹੈ ਤੋ ਮਜਬੂਰੀ ਹੈ ਅਬ ਫਿਰ ਮੈਨੇ ਕਹਾ ਹੈ ਮਿਲੂੰਗੀ ਉਨਸੇ ਠੀਕ 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 ਆਪਕੀ ਵੈਸੇ ਕਭੀ ਉਨਕੇ ਸਾਥ ਮੁਲਾਕਾਤ ਹੋਈ ਹੈ ਅੱਜ ਤੱਕ ਹੈ ਕੈਪਟਨ ਅਮਰਿੰਦਰ ਸਿੰਘ ਜੀ ਕੇ ਸਾਥ ਆਪਕੀ ਕਭੀ ਵੈਸੇ ਮੁਲਾਕਾਤ ਹੋਈ ਹੈ ਆਪਕੀ ਨਹੀਂ ਵੈਸੇ ਕਈ ਦਫਾ ਹੋਈ ਹੈ ਕੇ ਬਾਅਦ ਮਹਾਰਾਣੀ ਸਾਹਿਬ ਖਾਨੇ ਪੇ ਬੁਲਾਤੀ ਸਭੀ ਹੋਤੇ ਥੇ ਹਮਾਰੇ ਇੰਦਰ ਵੀ ਦੂਸਰੇ ਮਾਲ ਇੰਦਰ ਵੀ ਸਭੀ ਹੋਤੇ ਥੇ ਜੀ ਠੀਕ ਠੀਕ ਬਸ ਮਤਲਬ ਇਸ ਸੰਬੰਧ ਮੇਂ ਅਭੀ ਤੱਕ ਉਨ੍ਹੋਂਨੇ ਕੁਛ ਨਹੀਂ ਕੀਆ ਹੈ ਆਪਕੋ ਆਸ਼ਾ ਹੈ ਕੋਈ ਕੁਛ ਵੋ ਕਰੇਂਗੇ ਇਸ ਸੰਬੰਧ ਮੇਂ ਆਪਕੋ ਆਸ਼ਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਜੀ ਇਸ ਸੰਬੰਧ ਮੇਂ ਆਪਕੀ ਕੋਈ ਮਦਦ ਕਰੇਂਗੇ ਇਸ ਜਗ੍ਹਾ ਕੋ ਯਾਦਗਾਰ ਬਨਾਨੇ ਕੇ ਲੀਏ ਆਸ਼ਾ ਤੋ ਹੈ ਵੋ ਮਸਰੂਫ ਰਹਤੇ ਹੈ ਅਭੀ ਤੱਕ ਤੋ ਮਿਲੂੰਗੀ ਮੈਂ ਉਨਸੇ ਠੀਕ ਠੀਕ ਚਲੋ ਆਪਕੀ ਆਵਾਜ਼ ਹਮ ਆਪਣੇ ਚੈਨਲ ਕੇ ਮਾਧਿਅਮ ਸੇ ਅਖਬਾਰ ਮੇਂ ਮਾਧਿਅਮ ਸੇ ਆਪਕੀ ਆਵਾਜ਼ ਉਨਕੀ ਤਰਫ ਉਨਕੇ ਪਾਸ ਪਹੁੰਚਾਨੇ ਕੀ ਜ਼ਰੂਰ ਕੋਸ਼ਿਸ਼ ਕਰੇਂਗੇ ਹਾਂਜੀ ਦਰੀਵਾਲ ਜੀ ਆਪਨੇ ਜੈਸੇ ਸੁਣਾ ਹੀ ਹੈ ਕਿ ਮਾਤਾ ਜੀ ਜੋ ਹੈ ਕਿ ਉਹਨਾਂ ਨੇ ਬਤਾਇਆ ਕਿ ਹਮਾਰੇ ਸੰਬੰਧ ਹੈ ਜੋ ਜੋ ਕੈਪਟਨ ਅਮਰਿੰਦਰ ਸਿੰਘ ਜੀ ਕੇ ਰਾਜ ਮਾਤਾ ਹੈ ਉਨਕੇ ਸਾਥ ਅੱਛੇ ਸੰਬੰਧ ਹੈ ਔਰ ਵੋ ਉਨਸੇ ਕਈ ਦਫਾ ਮਿਲ ਵੀ ਚੁੱਕੇ ਹੈ ਵੀ ਫਿਰ ਵੀ ਇਸ ਇਸ ਇਤਨੀ ਬੜੀ ਧਰੋਹਰ ਕੋ ਵੋ ਸੰਭਾਲਨੇ ਮੇਂ ਕਿਉਂ ਨਹੀਂ ਇਧਰ ਧਿਆਨ ਦੇ ਰਹੇ ਇਸ ਸੰਬੰਧ ਮੇਂ ਆਪਕਾ ਕਿਆ ਕਹਿਣਾ ਦੇਖੋ ਗੁਰਪ੍ਰੀਤ ਜੀ ਜਿਹੜਾ ਫਰਜ਼ ਵਾ ਉਹ ਤੇ ਸਾਡਾ ਸਿੱਖ ਕੌਮ ਦਾ ਬਣਦਾ ਹੀ ਸੀਗਾ ਇੱਕ ਸਾਡੇ ਸਿੱਖ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਰਹੇ ਨੇ ਤੁਸੀਂ ਇੱਕ ਦੇਖੋ ਗੁਰਪ੍ਰੀਤ ਜੀ ਜਦੋਂ ਮਤਲਬ ਗੁਰਚਰਨ ਸਿੰਘ ਟੌੜਾ ਸੀਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਵੈਸੇ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਨੂੰ ਮਤਲਬ ਬਾਦਲ ਸਾਹਿਬ ਨੇ ਦੇ ਦਿੱਤਾ ਸੀਗਾ ਮਤਲਬ ਮਨਿਸਟਰ ਦਾ ਰੈਂਕ ਦਿੱਤਾ ਸੀਗਾ ਤੁਸੀਂ ਦੇਖਿਆ ਹੋਊਗਾ ਕਾਫੀ ਜਦੋਂ ਬੇਅੰਤ ਸਿੰਘ ਮਰੇ ਨੇ ਆਪਣੇ ਸਾਬਕਾ ਜਿਹੜੇ ਮੁੱਖ ਮੰਤਰੀ ਸੀ ਸ਼ਹੀਦ ਹੋਏ ਮਰੇ ਨੇ ਜਦੋਂ ਮਤਲਬ ਖਾੜਕੂ ਉੱਥੋਂ ਮਾਰੇ ਗਏ ਆ ਉਹਨਾਂ ਦੀ ਧਰਮ ਪਤਨੀ ਨੂੰ ਦਿੱਤਾ ਸੀ ਉਹਨਾਂ ਦੇ ਬੱਚਿਆਂ ਨੂੰ ਰਾਜਿਆ ਗਿਆ ਇਹ ਹੁਣ ਮਤਲਬ ਸ਼ੇਰ ਮੁਹੰਮਦ ਖਾਨ ਜਿਹੜੇ ਸੀਗੇ ਇਹਨੇ ਸਾਡੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਸਾਡੇ ਅੱਤ ਮਤਲਬ ਕਹਿੰਦੇ ਵੀ ਮਤਲਬ ਗੁਰੂ ਸਾਹਿਬਾਨ ਜਿਹੜੇ ਆ ਉਹਨਾਂ ਦੇ ਬੱਚਿਆਂ ਦੇ ਹੱਕ ਚ ਹਾਹ ਦਾ ਨਾਰਾ ਮਾਰਿਆ ਸੀਗਾ ਸ਼ੇਰ ਮੁਹੰਮਦ ਖਾਨ ਨੇ ਤੇ ਇਹ ਉਹਨਾਂ ਦੇ ਆਖਰੀ ਵਾਰਸ ਨੇ ਬੇਗਮ ਮੁਨੱਵਰ ਉਲ ਨਿਸਾ ਜਿਹੜੇ ਨੇ 97 ਸਾਲ ਦੀ ਉਮਰ ਆ
ਸਾਡੀ ਕੌਮ ਜਾਂ ਸਾਡੀ ਕੌਮ ਮਤਲਬ ਜਿਹੜੇ ਸਿੱਖ ਮੁੱਖ ਮੰਤਰੀ ਕੋਈ ਵੀ ਇਹਨਾਂ ਨੂੰ ਮਤਲਬ ਜਿਹੜਾ ਅਡੋਪਟ ਨਹੀਂ ਕਰ ਸਕਿਆ ਅੱਜ ਤੱਕ, ਬੜੀ ਦਰਦਨਾਕ ਗੱਲ ਆ। ਮੈਂ ਤੁਹਾਨੂੰ ਦੱਸਦਾ, ਅਸੀਂ 3 ਸਾਲ ਪਹਿਲਾਂ ਇੱਥੇ ਪ੍ਰੋਗਰਾਮ ਕਰਾਇਆ ਸੀਗਾ, ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ ਜਿਹੜੀ ਸ਼੍ਰੀ ਸਾਹਿਬ ਆ ਉਹ ਦਰਸ਼ਨਾਂ ਲਈ ਰੱਖੀ ਸੀਗੀ, ਜਦੋਂ ਦਰਸ਼ਨਾਂ ਲਈ ਅਸੀਂ ਰੱਖੀ ਆ, ਉਦੋਂ ਅਵਤਾਰ ਸਿੰਘ ਮੱਕੜ ਸੀਗੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ। ਅਸੀਂ ਉਹਨਾਂ ਦੇ ਕੋਲ ਗਏ ਸੀਗੇ ਵੀ ਤੁਸੀਂ ਸਾਡੇ ਲੰਗਰ ਦਾ ਹੀ ਪ੍ਰਬੰਧ ਕਰ ਦਿਓ, ਇੱਥੇ ਸੰਗਤ ਨੇ ਆਉਣਾ, ਤੇ ਉਹਨਾਂ ਨੇ ਲੰਗਰ ਦੀ ਵੀ ਨਾ ਕਰਤੀ ਸੀ, ਹੋਰ ਤੇ ਆਪਾਂ ਕੀ ਉਮੀਦ ਰੱਖ ਸਕਦੇ। ਜਦੋਂ ਕਿ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਦੀ ਡਿਊਟੀ ਜਿਹੜਾ ਉਹਦਾ ਤਾਂ ਫਰਜ਼ ਬਣਦਾ ਹੀ ਬਣਦਾ ਸੀ ਨਾ, ਇਹ ਪਰਿਵਾਰ ਨੂੰ ਸੰਭਾਲਣ ਦਾ। ਵੇਖੋ ਹਾਹ ਦਾ ਨਾਰਾ ਗੁਰਦੁਆਰਾ ਬਣਿਆ, ਮਤਲਬ ਸ਼ੇਰ ਮੁਹੰਮਦ ਖਾਂ ਦਾ ਇੱਕ ਯਾਦਗਰੀ ਗੇਟ ਬਣਿਆ, ਪਰ ਉਹਨਾਂ ਦਾ ਇਹਨਾਂ ਨੂੰ ਕੀ ਫਾਇਦਾ? ਹੁਣ ਜਿਹੜਾ ਇਹ ਜਿਹੜੇ ਵਾਰਸ ਨੇ ਜਿਹੜੇ ਚਾਹੁੰਦੇ ਨੇ, ਇਹਦੇ ਵਿਚਾਰੇ ਜਿਹੜੇ ਆ ਮਤਲਬ ਇੱਕ ਸਮਰੱਥ ਬੈਠੇ ਨੇ, ਇਹਨਾਂ ਦੀ ਕੋਈ ਕਰ ਨਹੀਂ ਰਿਹਾ, ਕੋਈ ਸਪੋਰਟ ਕਰ ਨਹੀਂ ਰਿਹਾ, ਪਰ ਉਹ ਗੇਟ ਬਣਾਤਾ, ਗੁਰਦੁਆਰਾ ਸਾਹਿਬ ਬਣਾਤਾ। ਗੁਰਦੁਆਰਾ ਸਾਹਿਬ ਬਣਦੇ ਵਿੱਚ ਸਾਨੂੰ ਕੋਈ ਨਹੀਂ ਹੈ ਵੀ ਗੁਰਦੁਆਰਾ ਸਾਹਿਬ ਕਿਉਂ ਬਣਿਆ, ਬਣਨਾ ਠੀਕ ਹੈ, ਸ਼ੇਰ ਮੁਹੰਮਦ ਖਾਂ ਦਾ ਜਿਹੜਾ ਜਿਹੜਾ ਹਾਹ ਦਾ ਨਾਰਾ ਮਾਰਿਆ ਸੀਗਾ ਉਹ ਮਤਲਬ ਰਹਿੰਦੀ ਦੁਨੀਆ ਤੱਕ ਉਹ ਸਿੱਖ ਕੌਮ ਨੂੰ ਜਿਹੜਾ ਯਾਦ ਰੱਖਣਾ ਚਾਹੀਦਾ, ਪਰ ਜਿਹੜੇ ਆਖਰੀ ਵਾਰਸ ਨੇ ਇਹਨਾਂ ਨੂੰ ਜਿਹੜਾ ਮਤਲਬ ਹੁਣ ਕਿੰਨਾ ਕੁ ਸਮਾਂ ਨੇ ਜਿਹੜੀ ਇਹਨਾਂ ਦੀ ਏਜ ਆ, ਇਹਨਾਂ ਨੂੰ ਤਾਂ ਅਡੋਪਟ ਸਾਡਾ ਕਰਨਾ ਬਣਦਾ ਨਾ। ਅੱਛਾ ਜੀ, ਪੂਰੀ ਗੱਲਬਾਤ ਹੈ ਜਿਹੜੀ, ਕਿਉਂਕਿ ਜਦੋਂ ਬੇਗਮ ਸਾਹਿਬਾ ਨਾਲ ਗੱਲ ਕਰਦੇ ਸੀ ਥੋੜ੍ਹਾ ਜਿਹਾ ਹਿੰਦੀ ਦੇ ਵਿੱਚ ਸਾਨੂੰ ਗੱਲ ਕਰਨੀ ਪੈਂਦੀ ਸੀ, ਅਤੇ ਥੋੜ੍ਹਾ ਜਿਹਾ ਹਿੰਦੀ ਉਹ ਟੱਚ ਵੀ ਰਹਿੰਦੀ ਸੀ, ਬਾਅਦ ਵਿੱਚ ਵੀ ਉਸਦੇ ਲਈ ਅਸੀਂ ਦਰਸ਼ਕਾਂ ਤੋਂ ਖਿਮਾ ਦੇ ਜਾ ਚੁੱਕਾਂ। ਅਤੇ ਅੱਜ ਜਿਹੜੀ ਪੂਰੀ ਗੱਲਬਾਤ ਆ ਬੇਗਮ ਸਾਹਿਬਾ ਦੇ ਨਾਲ ਹੋਈ ਆ, ਇਹਨਾਂ ਨੇ ਆਪਣੀ ਜਿਹੜੀ ਦਿੱਲੀ ਇੱਕ ਤਮੰਨਾ, ਕਿਉਂਕਿ ਸਿੱਖ ਧਰਮ ਦੇ ਲਈ ਇਹ ਪਰਿਵਾਰ ਹਮੇਸ਼ਾ ਅਭੁੱਲਯੋਗ ਰਹੇਗਾ, ਔਰ ਇਸ ਪਰਿਵਾਰ ਨੇ ਜੋ ਸਿੱਖ ਧਰਮ ਲਈ ਕੀਤਾ ਉਹ ਉਸਦਾ ਦੇਣਾ ਜਿਹੜਾ ਕਦੇ ਵੀ ਸਿੱਖ ਕੌਮ ਆ ਜਿਹੜੀ ਚੁਕਾ ਨਹੀਂ ਸਕਦੀ। ਇਸ ਕਰਕੇ ਜੇਕਰ ਜਿਹਨੇ ਸਾਡੇ ਜੋ ਸਾਡੇ ਦਸ਼ਮੇਸ਼ ਪਿਤਾ ਜੀ ਦੇ ਵਾਰਿਸ ਸੀਗੇ, ਦੋ ਛੋਟੇ ਸਾਹਿਬਜ਼ਾਦੇ ਜਿਨ੍ਹਾਂ ਦੀ ਸ਼ਹੀਦੀ ਦੇ ਵੇਲੇ ਹਾਂ ਦਾ ਨਾਰਾ ਮਾਰਿਆ ਨਵਾਬ ਜੀ ਨਵਾਬ ਸ਼ੇ ਮੁਹੰਮਦ ਸ਼ੇਰ ਖਾਂ ਨੇ, ਜੇਕਰ ਉਸ ਪਰਿਵਾਰ ਦੀ ਜਿਹੜੀ 8ਵੀਂ ਪੀੜ੍ਹੀ ਆ, ਜੇਕਰ ਉਸ 8ਵੀਂ ਪੀੜ੍ਹੀ ਦੇ ਵਿੱਚ ਇੱਕ ਬਜ਼ੁਰਗ ਮਾਤਾ 97 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿ ਉਹਨਾਂ ਤੋਂ ਉਹਨਾਂ ਲਈ ਬੋਲਣਾ ਵੀ ਔਖਾ ਹੋਇਆ, ਬਹੁਤ ਔਖੇ ਉਹ ਇਸ ਵੇਲੇ 7-8 ਵੱਜੇ ਹੋਏ ਨੇ ਸ਼ਾਮ ਦੇ, ਅਤੇ ਪੂਰੀ ਠੰਡ ਪੋਹ ਮਹੀਨੇ ਦੀ ਠੰਡ ਆ, ਅਤੇ ਅੰਗੀਠੀ ਵੀ ਕੋਲ ਰੱਖ ਕੇ ਉਹ ਸਾਡੇ ਨਾਲ ਇਹ ਗੱਲਬਾਤ ਸਿਰਫ ਇਸ ਕਰਕੇ ਕਰ ਰਹੇ ਨੇ ਤਾਂ ਕਿ ਜਿਹੜਾ ਪੰਜਾਬ ਦੇ ਹਰ ਕੋਨੇ ਤੱਕ ਸਿੱਖ ਕੌਮ ਦੇ ਦਰਦੀ ਤੱਕ ਇਹ ਜਿਹੜੀ ਇਹ ਗੱਲਬਾਤ ਪਹੁੰਚੇ, ਕਿਉਂਕਿ ਇਹਨਾਂ ਦਾ ਇੱਕ ਸੁਪਨਾ ਵੀ ਜਿਹੜੀ ਜਿੱਥੇ ਉਹ ਰਹਿੰਦੇ ਨੇ ਨਵਾਬ ਸ਼ੇਰ ਖਾਂ ਮੁਹੰਮਦ ਸ਼ੇਰ ਖਾਂ ਦੀ ਜਿਹੜੀ ਇਹ ਇਹ ਹਵੇਲੀ ਆ, ਇਹ ਜਿਹੜਾ ਪੈਲਸ ਆ, ਜਿਹੜੀ ਰਿਆਸਤ ਆ, ਇਹ ਜਿਹੜਾ ਮਹਿਲ ਆ, ਉਸ ਨੂੰ ਵਧੀਆ ਬਣਾ ਕੇ ਇੱਕ ਆਉਣ ਵਾਲੇ ਭਵਿੱਖ ਦੇ ਵਿੱਚ ਇੱਕ ਯਾਦਗਾਰ ਬਣਾਈ ਜਾਵੇ। ਯਾਦਗਾਰ ਵੀ ਉਹਨਾਂ ਦੀ ਜਿਹੜੀ ਤਮੰਨਾ, ਦਿਲੀ ਤਮੰਨਾ ਕੋਈ ਇਹ ਨਹੀਂ ਹੈ ਕਿ ਇੱਥੇ ਕਿਸੇ ਵੀ ਪ੍ਰਕਾਰ ਦਾ ਕੋਈ ਇੱਦਾਂ ਦੀ ਚੀਜ਼ ਲਗਾਈ ਜਾਵੇ ਜੋ ਲੋਕਾਂ ਦੇ ਖਿੱਚ ਦਾ ਕੇਂਦਰ ਬਣੇ। ਤੁਹਾਡੇ ਸਾਡੇ ਦਰਮਿਆਨ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਭੇਟ ਕੀਤੀ ਹੋਈ ਮੁਹੰਮਦ ਸ਼ੇਰ ਖਾਂ ਨੂੰ ਸ੍ਰੀ ਸਾਹਿਬ ਆ, ਉਹ ਸਾਡੇ ਦਰਮਿਆਨ ਪਈ ਆ। ਇਹ ਸ੍ਰੀ ਸਾਹਿਬ ਨੂੰ ਇੱਥੇ ਇਸੇ ਜਗ੍ਹਾ ਦੇ ਉੱਤੇ ਸੁਸ਼ੋਭਿਤ ਕਰਕੇ ਤਾਂ ਕਿ ਪੂਰੀ ਸਿੱਖ ਕੌਮ ਇਸ ਸ੍ਰੀ ਸਾਹਿਬ ਦੇ ਦਰਸ਼ਨ ਕਰਕੇ ਇਹ ਜਿਹੜਾ ਰਿਸ਼ਤਾ ਸੀਗਾ ਜਿਹੜਾ ਮੁਹੰਮਦ ਸ਼ੇਰ ਖਾਂ ਨੇ ਬਣਾਇਆ ਸਾਡੇ ਨਾਲ, ਇੱਕ ਮੁਸਲਿਮ ਔਰ ਸਿੱਖ ਦਾ ਜਿਹੜਾ ਰਿਸ਼ਤਾ ਸੀ ਉਸ ਨੂੰ ਹੋਰ ਵੀ ਲੰਮੇਰਾ ਕਰਨ ਦੇ ਲਈ, ਇੱਕ ਬਜ਼ੁਰਗ ਮਾਤਾ ਦੀ ਜਿਹੜੀ ਇੱਕ ਦਿੱਲੀ ਤਮੰਨਾ ਉਸ ਨੂੰ ਪੂਰਾ ਕਰਨ ਦੇ ਲਈ ਪਹਿਰੇਦਾਰ ਦੀ ਟੀਮ ਤਾਂ ਪੂਰੀ ਕੋਸ਼ਿਸ਼ ਕਰੇਗੀ। ਨਾਲ ਹੀ ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਜੋ ਪੰਜਾਬ ਦੇ ਮੁੱਖ ਮੰਤਰੀ ਨੇ, ਜਿਨ੍ਹਾਂ ਦੀ ਮਾਤਾ ਰਾਜ ਮਾਤਾ ਬੇਗਮ ਜੀ ਦੇ ਜਿਹੜੇ ਭੈਣ ਬਣੇ ਹੋਏ ਸੀ, ਉਹਨਾਂ ਦੇ ਬਹੁਤ ਜ਼ਿਆਦਾ ਕਰੀਬੀ ਸੀਗੇ, ਉਹਨਾਂ ਦੇ ਨਾਲ ਜਿਵੇਂ ਬੇਗਮ ਜੀ ਨੇ ਦੱਸਿਆ ਕਿ ਉਹਨਾਂ ਨੇ ਬਹੁਤ ਵਾਰੀ ਖਾਣੇ ਦੇ ਉੱਤੇ ਸਾਰਾ ਪਰਿਵਾਰ ਇਕੱਠਾ ਹੋਇਆ, ਔਰ ਕਈ ਵਾਰੀ ਇਸ ਮਾਮਲੇ 'ਤੇ ਗੱਲਬਾਤ ਵੀ ਹੋਈ ਆ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਬੇਨਤੀ ਕਰਦੇ ਹਾਂ
ਕਿ ਇੱਕ ਰਿਆਸਤ ਦੀ ਮਹਾਰਾਣੀ ਅੱਜ ਸਾਡੇ ਦਰਮਿਆਨ ਜੋ ਬੈਠੇ ਨੇ, ਬੇਗਮ ਬੈਠੇ ਨੇ, ਉਹਨਾਂ ਦੀ ਇੱਕ ਦਿਲੀ ਤਮੰਨਾ, ਉਹ ਵੀ ਆਪਣੀ ਕੌਮ, ਉਹਨਾਂ ਦੀ ਆਪਣੀ ਮੁਸਲਿਮ ਕੌਮ ਦੇ ਲਈ ਨਹੀਂ ਬਲਕਿ ਇੱਕ ਸਿੱਖ ਕੌਮ ਦੇ ਲਈ ਉਹਨਾਂ ਦੀ ਇੱਕ ਤਮੰਨਾ, ਸਿੱਖ ਕੌਮ ਦੇ ਲਈ ਤਮੰਨਾ ਕਿ ਇਸ ਜਗ੍ਹਾ ਨੂੰ ਯਾਦਗਾਰ ਬਣਾ ਕੇ ਇੱਥੇ ਸ੍ਰੀ ਸਾਹਿਬ ਆ ਜਿਹੜਾ ਇਹ ਸੁਸ਼ੋਭਿਤ ਕੀਤਾ ਜਾਵੇ। ਨਾਲ ਹੀ ਜੋ ਮੁਹੰਮਦ ਸ਼ੇਰ ਖਾਂ ਵੱਲੋਂ ਜੋ ਹਾਂ ਦਾ ਨਾਰਾ ਜਿਹੜਾ ਮਾਰਿਆ ਗਿਆ ਸੀ ਉਹ ਉਰਦੂ ਭਾਸ਼ਾ ਦੇ ਵਿੱਚ ਸਾਹਮਣੇ ਉਸਦੀ ਤਸਵੀਰ ਆ ਜਿਹੜੀ ਉਸਦੀ ਇੱਕ ਕਾਪੀ ਆ ਉਹੀ ਪੁਰਾਣਾ ਕਾਗਜ਼ ਜਿਹੜਾ ਉਹ ਪੂਰਾ ਉਰਦੂ ਭਾਸ਼ਾ ਦੇ ਵਿੱਚ ਦਿੱਤਾ ਹੋਇਆ ਅਤੇ ਨਾਲ ਹੀ ਉਸ ਤੋਂ ਬਾਅਦ ਵਿੱਚ ਇਸੇ ਜਿਹੜਾ ਹਾਂ ਦਾ ਨਾਰਾ ਸੀ ਉਸ ਨੂੰ ਅੰਗਰੇਜ਼ੀ ਦੇ ਵਿੱਚ ਕਨਵਰਟ ਕਰਕੇ ਸਾਡੇ ਸਾਡੇ ਬੇਗਮ ਸਾਹਿਬ ਦੇ ਦੂਸਰੇ ਪਾਸੇ ਇੱਧਰ ਅੰਗਰੇਜ਼ੀ ਦੇ ਵਿੱਚ ਉਸੇ ਹਾਂ ਦੇ ਨਾਰੇ ਦਾ ਜਿਹੜਾ ਉਲੱਥਾ ਉਹ ਵੀ ਅਸੀਂ ਦੇਖ ਰਹੇ ਹਾਂ ਕਿ ਇਹ ਜਿਹੜੀ ਧਰੋਹਰ ਆ ਇਹਨੂੰ ਬਚਾਉਣ ਦੇ ਲਈ ਅਸੀਂ ਸਮੁੱਚੇ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ, ਬੇਨਤੀ ਕਰਦੇ ਹਾਂ ਕਿ ਇਸ 97 ਸਾਲਾ ਜਿਹੜੀ ਸਾਡੇ ਬਜ਼ੁਰਗ ਮਾਤਾ ਨੇ ਸਾਡੇ ਇਹ ਕੇਵਲ ਇਸ ਰਿਆਸਤ ਦੇ ਨਹੀਂ ਸਾਡੇ ਸਮੁੱਚੇ ਸਿੱਖ ਕੌਮ ਦੇ ਵੀ ਇੱਕ ਪ੍ਰਕਾਰ ਦੇ ਮਾਤਾ ਨੇ ਵੀ ਸਾਰਿਆਂ ਨੂੰ ਬੇਨਤੀ ਆ ਕਿ ਇਹਨਾਂ ਦੀ ਦਿਲੀ ਤਮੰਨਾ ਪੂਰੀ ਕਰਨ ਦੇ ਲਈ ਸਾਰੇ ਅੱਗੇ ਆਓ ਔਰ ਜਿੰਨੇ ਵੀ ਪੰਥ ਦਰਦੀ ਨੇ ਜਿਸ ਤਰ੍ਹਾਂ ਅਸੀਂ ਬਹੁਤ ਜ਼ਿਆਦਾ ਗੁਰਦੁਆਰਾ ਸਾਹਿਬਾਨ ਜਿਹੜੇ ਲੱਖਾਂ ਕਰੋੜਾਂ ਅਰਬਾਂ ਰੁਪਏ ਦੀ ਕੀਮਤ ਦੇ ਉਹ ਬਣਾਏ ਨੇ ਉਸੇ ਪ੍ਰਕਾਰ ਉਸੇ ਦੀ ਤਰਜ਼ ਦੇ ਉੱਤੇ ਇਸ ਜਗ੍ਹਾ ਦੇ ਉੱਤੇ ਵੀ ਇੱਕ ਆਲੀਸ਼ਾਨ ਜਿਹੜੀ ਯਾਦਗਾਰ ਸ੍ਰੀ ਸਾਹਿਬ ਨੂੰ ਸਮਰਪਿਤ ਹੋਵੇ, ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੋਵੇ, ਮੁਸਲਿਮ ਅਤੇ ਸਿੱਖਾਂ ਦਾ ਜਿਹੜਾ ਆਪਸੀ ਰਿਸ਼ਤਾ ਉਸ ਨੂੰ ਹੋਰ ਪਕੇਰਾ ਕਰਨ ਦੇ ਲਈ ਇੱਕ ਵੱਡੀ ਯਾਦਗਾਰ ਹੋਵੇ ਉਹ ਜੀ ਬਣਾਈ ਜਾਵੇ। ਸੋ ਅਸੀਂ ਅੱਜ ਗੱਲਬਾਤ ਕੀਤੀ, ਅਸੀਂ ਰਾਜ ਨਵਾਬ ਬੇਗਮ ਸਾਹਿਬਾ ਦਾ ਫੇਰ ਧੰਨਵਾਦ ਕਰਦੇ ਹਾਂ, ਕੋਟਨ ਕੋਟਨ ਧੰਨਵਾਦ ਕਰਦੇ ਹਾਂ ਔਰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।